1982 ਇਸ ਵਰੇ ਨੂੰ ਅਸੀਂ ਪਾਕਿਸਤਾਨ ਫਿਲਮ ਇੰਡਸਟਰੀ ਦਾ ਮੌਤ ਦਾ ਵਰਾ ਕਹਿ ਸਕਦੇ ਹਾਂ। ਇਸ ਵਰੇ ਘੱਟੋ ਘੱਟ 26 ਲੋਕ ਆਪਣੀ ਦੁਨੀਆ ਦੀ ਫੇਰੀ ਮੁਕੰਮਲ ਕਰਕੇ ਪਿਛਾਂ ਮੁੜ। ਇਹਨਾਂ ਮਰਨ ਵਾਲਿਆਂ ਵਿੱਚ ਅਦਾਕਾਰ ਵੀ ਤੇ ਹਿਦਾਇਤਕਾਰ ਵੀ, ਮੌਸੀਕਾਰ, ਗਲੂਕਾਰ, ਗੀਤਕਾਰ, ਕੈਮਰਾਮੈਨ, ਰਿਕਾਰਡਿਸਟ, ਮੁੱਕਦੀ ਗੱਲ ਫਿਲਮ ਦੇ ਹਰ ਖੇਤਰ ਵਿੱਚੋਂ ਜਨਾਜ਼ੇ ਨੇ। ਸੰਗੀਤਕਾਰ ਤਸੱਦੁਕ ਹੁਸੈਨ 13 ਜਨਵਰੀ ਨੂੰ ਲਾਹੌਰ ਵਿੱਚ ਤੇ ਇਸੇ ਹੀ ਮਹੀਨੇ ਦੀ 26 ਤਾਰੀਖ ਨੂੰ ਹਿਦਾਇਤਕਾਰ ਨਜ਼ਮ ਨਕਵੀ ਵੀ ਲਾਹੌਰ ਵਿੱਚ ਰੱਬ ਨੂੰ ਪਿਆਰੇ ਹੋ ਗਏ। ਫਿਲਮ ਸਾਜ਼ ਮੀਆਂ ਅਹਿਸਾਨ 3 ਮਾਰਚ ਨੂੰ ਤੇ ਇਸੇ ਹੀ ਦਿਨ ਕੈਮਰਾਮੈਨ BA ਬੱਕੀ ਲਾਹੌਰ ਵਿੱਚ ਰੱਬ ਨੂੰ ਪਿਆਰੇ ਹੋਏ। ਮਈ ਦੇ ਮਹੀਨੇ 2 ਮਈ ਨੂੰ ਫਿਲਮ ਸਾਜ਼ ਮੀਆਂ ਮੁਸ਼ਤਾਕ, 23 ਮਈ ਨੂੰ ਸਾਊਂਡ ਰਿਕਾਰਡਿਸਟ ਤਾਜ ਮਲਕ ਤੇ 25 ਮਈ ਨੂੰ ਤਕਸੀਮ ਕਾਰ ਨਿਸਾਰ ਮੁਰਾਦ ਲਾਹੌਰ ਵਿੱਚ ਦਮ ਦੇ ਗਏ। 9 ਜੂਨ ਵਾਲਾ ਦਿਨ ਨਾਮਵਰ ਹੀਰੋ ਸੰਤੋਸ਼ ਕੁਮਾਰ ਹੋਰਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਨਿਬੜਿਆ। 7 ਅਗਸਤ ਨੂੰ ਕਰਾਚੀ ਵਿੱਚ ਗੀਤਕਾਰ ਤਸਲੀਮ ਫਾਜ਼ਲੀ ਰੱਬ ਨੂੰ ਪਿਆਰੇ ਹੋਏ। 26 ਅਗਸਤ ਨੂੰ ਅਦਾਕਾਰ ਫਿਲਮ ਸਾਜ਼ ਤੇ ਹਿਦਾਇਤਕਾਰ ਨਜ਼ੀਰ ਹੁਰੀ ਸਾਨੂੰ ਹਮੇਸ਼ ਲਈ ਵਿਛੋੜਾ ਦੇ ਗਏ। ਫਿਲਮ ਸਾਜ਼ ਅਜ਼ੀਜ਼ ਅਹਿਮਦ ਹੋਰੀ 5 ਸਤੰਬਰ ਨੂੰ ਲਾਹੌਰ ਵਿੱਚ ਅਗਲੇ ਜਹਾਨ ਦੇ ਰਾਹੀ ਹੋਏ। 29 ਅਕਤੂਬਰ ਨੂੰ ਆਰਟ ਡਾਇਰੈਕਟਰ ਹਬੀਬ ਸ਼ਾਹ ਹੋਰੀ ਚਲਾਣਾ ਕਰ ਗਏ। ਨਵੰਬਰ ਦੇ ਮਹੀਨੇ 4 ਲੋਕਾਂ ਅਗਲੇ ਜਹਾਨ ਦਾ ਰਾਹ ਲਿਆ। ਇਹਨਾਂ ਵਿੱਚ ਕੈਮਰਾਮੈਨ ਬਹਾਦੁਰ ਸ਼ਾਹ 4 ਨਵੰਬਰ, ਹਿਦਾਇਤਕਾਰ ਸ਼ਬਾਬ ਖਿਰਾਨਵੀ 5 ਨਵੰਬਰ, ਅਦਾਕਾਰ ਭੱਟ ਕਾਸ਼ਿਫ 14 ਨਵੰਬਰ ਤੇ ਗਾਇਕ ਸਲੀਮ ਰਜ਼ਾ 25 ਨਵੰਬਰ ਨੂੰ ਅਮਰੀਕਾ ਵਿੱਚ ਮੌਤ ਦੇ ਹੱਥੋਂ ਜੀਵਨ ਦੀ ਬਾਜ਼ੀ ਹਾਰ ਗਏ। ਦਸੰਬਰ ਦੇ ਮਹੀਨੇ ਗੁਲੂਕਾਰਾ ਰੋਸ਼ਨ ਆਰਾ ਬੇਗਮ 5 ਦਸੰਬਰ ਨੂੰ ਮੁਲਤਾਨ ਵਿੱਚ, ਅਦਾਕਾਰ ਸਾਖੀ 22 ਦਸੰਬਰ ਨੂੰ ਲਾਹੌਰ ਵਿੱਚ ਤੇ ਫਿਲਮ ਸਾਜ਼ ਮੀਆਂ ਮੁਰਤਜ਼ਾ ਆਫਤਾਬ 1 ਦਸੰਬਰ ਨੂੰ ਲਾਹੌਰ ਵਿੱਚ ਹੀ ਮੌਤ ਦੇ ਸੱਦੇ ਉੱਤੇ ਹੁੰਗਾਰਾ ਭਰ ਗਏ। ਇੰਜ ਹੀ ਫਿਲਮ ਸਾਜ਼ ਅਰਸ਼ਦ ਕਾਸਮੀ, ਹਿਦਾਇਤਕਾਰ ਰਫੀਕ ਅਲੀ ਰਾਖਣ ਤੇ ਹਸਨ ਤਾਰਕ, ਅਦਾਕਾਰਾ ਸ਼ਮੀਮ ਬਾਨੋ, ਅਦਾਕਾਰਾ ਤਾਹਿਰਾ ਨਕਵੀ, ਅਦਾਕਾਰ ਕੁਮਾਰ ਤੇ ਲਿਖਾਰੀ ਨਸੀਰ ਅਨਵਰ ਮੌਤ ਦੀ ਖੇਡ ਵਿੱਚ ਸਾਵਾਂ ਦੀ ਪੂੰਜੀ ਹਾਰ ਗਏ। ਇਸ ਵਰੇ 69 ਫਿਲਮਾਂ ਤਿਆਰ ਹੋਈਆਂ। ਇਹਨਾਂ ਦੀ ਵੰਡ ਕਰੀਏ ਤੇ ਉਰਦੂ ਦੀਆਂ 27, ਪੰਜਾਬੀ ਦੀਆਂ 27 ਤੇ ਪਸ਼ਤੋ ਦੀਆਂ 15 ਬਣੀਆਂ। ਉਰਦੂ ਦੀਆਂ 27 ਵਿੱਚੋਂ 6 ਇੱਕ ਦਿਨ ਬਹੂ ਕਾ, ਬੀਵੀ ਹੋ ਤੋ ਐਸੀ ਖੂਬਸੂਰਤ, ਕਭੀ ਅਲਵਿਦਾ ਨਾ ਕਹਿਣਾ, ਮਿਹਰਬਾਨੀ ਤੇ ਨਸੀਬ ਕਾਮਯਾਬ ਹੋਏ। ਜਦਕਿ ਪੰਜਾਬੀ ਦੀਆਂ 2 ਵਿਘੇ ਜ਼ਮੀਨ, ਦੋਸਤਾਨਾ, ਰਾਕਾ, ਰੁਸਤਮ ਖਾਨ, ਨੌਕਰ ਤੇ ਮਾਲਕ ਤੇ 11 ਬੇਲੀ ਕਾਮਯਾਬ ਮਿੱਥੀਆਂ ਗਈਆਂ। ਇਹਨਾਂ ਕਾਮਯਾਬ ਫਿਲਮਾਂ ਵਿੱਚੋਂ ਵੀ ਚੋਖੀਆਂ ਵਿਚਲੇ ਮੇਲ ਦੀਆਂ ਸਨ, ਪਰ ਇਹ ਕਮਾਈ ਪੱਖੋਂ ਕਾਮਯਾਬ ਗਈਆਂ। ਇੰਜ ਹੀ ਪਸ਼ਤੋ ਦੀਆਂ 15 ਵਿੱਚੋਂ ਕਾਮਯਾਬ ਹੋਣ ਵਾਲੀਆਂ 3 ਫਿਲਮਾਂ ਪੜਾਂਗ, ਜੁਰਮ ਵ ਸਜ਼ਾ ਤੇ ਜਾਨਾ ਵ ਜਾਨਾ ਸ਼ਾਮਲ ਹਨ।